मुस्कान रतन है जी। सर मैं मोदी कॉलेज पटियाला की स्टूडेंट हाँ जी। सर मैं ना कॉलेज जा रही थी जी, 10 बज के कुछ का टाइम सीगा, तो मैं समाणा अड्डे पर खड़ी सी, तो मैं बस चढ़न लगी तो कंडक्टर कहता तुम चढ़ो ना जी। देखो सर, जब सरकार ने किराया फ्री कराया तो कंडक्टर उन्होंने गल कर, ठीक है, भी सरकार ने किराया क्यों फ्री कराया लेडीज़ का, ठीक है। फिर ये सानू चढ़न भी नहीं देंगे, ये अज की गल नहीं है, इस कंडक्टर की काफ़ी टाइम तो यह गल चल रही है भी ये ना तो किसी लेडीज़ में चढ़न दिता ना किसी कुड़ियों चढ़न दिता, अगर कोई चढ़ता तो वह मिसबिहेव करता है। सर मैं 10 तरीक की गल है जी, 10 अप्रैल 2023 की गल है, मैं जा रही थी जी पटियाले, ठीक है, तो मैं बस स्टैंड तो चढ़न लगी तो मैनू चढ़न नहीं दिता गया, मेरी बाँह फड़ के नीचे तार लिया जी। मैं टी पॉइंट पर पहुंची जी, उत्थे भी जाके बस रोकने की कोशिश की भी चलो मैं उत्थे चढ़ जाऊँगी, मैं लेट हो रही थी जी, मेरा उत्थे एग्जाम का पेपर लेने से उन्होंने, तो मैं फॉर्म जमा करवा जा रही थी जी, तो उन्होंने मेरी बाँह फड़ के नीचे उतारता, तो मदर नाल भी मेरे फादर नाल भी मिसबिहेव करन लग गया वो। तो हूँ जदों मैं सरकार नूं मेल पाई भी एवें करके थोड़े कंडक्टर ने, हाँ जी हाँ जी, मैं लक्ष्मण अंकल ने उरे मैं उन्होंने मेल की, वह कहते सानू रिटर्न प्रूफ लिया के दो, मैं किसी होर ना गल की, वह कहते रिटर्न प्रूफ ना दो, सीधी मेल करो एम डी नूं। तो मैं सर जो मेल की तो मेल का कोई मेल का रिप्लाई आ रहा है भी वो थोड़े ना गलबात करेंगे या थोड़े तो माफ़ी मंगवाएंगे, तो मैं रिपीट तो रिपीट मेल करी गई उन्होंने, तो अज वो आए इतने मेरे फादर ना मेरे ताया जी नाल मेरे ब्रदर नाल गुंडागर्दी करके गए, जो कि जिन्होंने माफ़ी मंगनी सी वो इतने आके गुंडागर्दी करके गए ने। क्यों रीज़न की सी, एक लक्ष्मण सी ते एक कंडक्टर सी, कंडक्टर का नंबर सीगा PCB 350। सर यह सानू इंसाफ चाहिए जी कंडक्टर तो, बिकॉज वह अज मेरे ना कर सकते ने, ठीक है जी, कल होर किसी नाल भी करनगे। यह मैं अपील करती हाँ सरकार नू भी थोड़ा जा ध्यान दो सर प्लीज़, ते नहीं उन्हें सस्पेंड दे ऑर्डर जारी करो प्लीज़। सर मेरा नाम मुस्कान रतन है जी। पता लगे खिडारी हो? हाँ जी सर, मैं इंटरनेशनल नेशनल टाइकोंडो दी बेस्ट खिडारी हाँ जी समाणे दी। ਇਹ ਤੁਹਾਡੇ ਨਾਲ ਜਿਹੜੀ ਗੱਲ ਘਟਨਾ ਵਾਪਰੀ ਤੁਹਾਡੇ ਪਾਪੇ ਦੀ ਦੁਕਾਨ ਤੇ, ਇਹਦਾ ਕੀ ਕਾਰਨ ਹੈ, ਕੀ ਘਟਨਾ ਹੈ? ਸਰ ਬੀਤੇ ਦਿਨ 10 ਅਪ੍ਰੈਲ ਨੂੰ ਮੈਂ ਸਮਾਣੇ ਤੋਂ ਪਟਿਆਲੇ ਜਾਣ ਲਈ ਬੱਸ ਚੜ੍ਹਨ ਲੱਗੀ ਜੀ, ਤਾਂ ਉੱਥੇ ਕੰਡਕਟਰ ਨੇ ਮੈਨੂੰ ਬੱਸ ਨਹੀਂ ਚੜ੍ਹਨ ਦਿੱਤਾ, ਉਹ ਮੈਨੂੰ ਕਹਿੰਦਾ ਇਸ ਪੂਰੀ ਬੱਸ ਫੁੱਲ ਹੋ ਚੁੱਕੀ ਹੈ ਅਤੇ ਤੁਸੀਂ ਵੀ ਇਸ ਬੱਸ ਤੋਂ ਨੀਚੇ ਉਤਰ ਜਾਓ। ਉਹਨਾਂ ਨੇ ਮੇਰੀ ਬਾਂਹ ਫੜ ਕੇ ਬੱਸ ਤੋਂ ਮੈਨੂੰ ਨੀਚੇ ਤਾਰਿਆ, ਮੈਂ ਅੱਗੇ ਟੀ ਪੁਆਇੰਟ 'ਤੇ ਜਾ ਕੇ ਬੱਸ ਚੜ੍ਹਨ ਲੱਗੀ, ਉੱਥੇ 2 ਮੇਲਸ ਨੂੰ ਉਹਨੇ ਬੱਸ ਚੜ੍ਹਾ ਲਿਆ ਅਤੇ ਮੈਂ ਫਿਰ ਚੜ੍ਹਨ ਲੱਗੀ, ਇੱਕ ਪੈਰ ਮੇਰਾ ਉੱਪਰ ਸੀ ਇੱਕ ਪੈਰ ਮੇਰਾ ਨੀਚੇ ਸੀਗਾ, ਅਤੇ ਉਹਨੇ ਮੈਨੂੰ ਬਾਂਹ ਤੋਂ ਫੜ ਕੇ ਫਿਰ ਮੈਨੂੰ ਨੀਚੇ ਉਤਾਰਤਾ। ਫਿਰ ਅੱਗੇ ਮੇਰੇ ਪਾਪਾ ਨੇ ਕਿਹਾ ਵੀ ਤੁਸੀਂ ਇਹਨੂੰ ਬੱਸ ਤੋਂ ਨੀਚੇ ਕਿਉਂ ਉਤਾਰ ਰਹੇ ਹੋ, ਕਹਿੰਦੇ ਜੀ ਅਸੀਂ ਇਹਨਾਂ ਨੂੰ ਲੈ ਕੇ ਨਹੀਂ ਜਾਣਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਦੋਂ ਮੈਂ ਮੀਨਜ਼ ਫਿਰ ਕਿਹਾ ਵੀ ਅੰਕਲ ਤੁਸੀਂ ਮੈਨੂੰ ਕਿਉਂ ਨਹੀਂ ਲੈ ਕੇ ਜਾਣਾ, ਕਹਿੰਦੇ ਬਸ ਗੁੜੀਆ ਅਸੀਂ ਤੁਹਾਨੂੰ ਨਹੀਂ ਲੈ ਕੇ ਜਾਣਾ। ਫਿਰ ਪਾਪਾ ਕਹਿੰਦੇ ਵੀ ਕੀ ਰੀਜ਼ਨ ਕੀ ਹੈ, ਕਹਿੰਦਾ ਬਸ ਨਹੀਂ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ, ਕਹਿੰਦਾ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ, ਕਹਿੰਦਾ ਮੈਂ ਤੁਹਾਨੂੰ ਲੈ ਕੇ ਨਹੀਂ ਜਾਣਾ। ਇਹ ਗੱਲ ਹੋਈ ਸੀ ਜੀ। ਫਿਰ ਮੈਂ ਇੱਥੇ ਐਮ ਡੀ ਨੂੰ ਮੇਲ ਪਾਈ ਜੀ, ਅਤੇ ਉਹਨਾਂ ਰਿਪੀਟ ਤੋਂ ਰਿਪੀਟ ਮੇਲ ਚੱਲੀ ਗਈ, ਅਤੇ ਕੱਲ੍ਹ ਉਹਨਾਂ ਦੀ ਸੁਣਵਾਈ ਹੋਈ ਸੀਗੀ, ਇਹ ਆਏ ਸੀਗੇ ਸਾਡੇ ਕੋਲ ਸਮਝੌਤਾ ਕਰਨ ਸ਼ੋਪ 'ਤੇ। ਸਰ ਇੱਕ ਤਾਂ ਲਕਸ਼ਮਣ ਅੰਕਲ ਸੀਗੇ ਅਤੇ ਇੱਕ ਗੁਰਮੀਤ ਸਿੰਘ ਸੀਗਾ ਕੰਡਕਟਰ, ਜਿਸ ਦਾ ਨੰਬਰ ਹੈਗਾ PCB 350। ਹਾਂਜੀ ਹਾਂਜੀ, ਗੁਰਮੀਤ ਸਿੰਘ ਨਾਲ ਹੋਇਆ ਸੀ ਜੀ। ਹਾਂਜੀ ਹਾਂਜੀ, ਉਹਨੇ ਤਾਰਿਆ ਸੀ ਜੀ ਬਾਂਹ ਫੜ ਕੇ ਨੀਚੇ। ਹੋਰ ਕੱਲ੍ਹ ਜਿਹੜੀ ਘਟਨਾ ਵਾਪਰੀ ਆ ਉਹਦੇ ਬਾਰੇ ਤੁਹਾਨੂੰ ਕੀ ਪਤਾ? ਸਰ ਜਦੋਂ ਘਟਨਾ ਵਾਪਰੀ ਆ ਜੀ ਮੇਰੇ, ਉਸ ਤੋਂ ਬਾਅਦ ਮੇਰੇ ਪਾਪਾ ਦਾ ਮੈਨੂੰ ਫੋਨ ਆਇਆ ਵੀ ਬੇਟਾ ਐਵੇਂ ਕਰਕੇ ਇਹ ਗੱਲ ਹੋ ਗਈ ਹੈ, ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਨੇ ਜੀ ਮਾਰਨ ਦੀਆਂ। ਅਤੇ ਉੱਥੇ ਜਦੋਂ ਮੈਂ ਪਹੁੰਚੀ ਜੀ, ਬਾਅਦ 'ਚੋਂ ਜਾ ਕੇ ਉੱਥੇ ਪਹੁੰਚੀ ਮੈਂ ਸ਼ੋਪ 'ਤੇ, ਤਾਂ ਕੁਰਸੀਆਂ ਖਿੰਡੀਆਂ ਪਈਆਂ ਸੀਗੀਆਂ ਜੀ। ਐਵੇਂ ਨਹੀਂ ਹੋ ਸਕਦਾ ਸਰ, ਜਿਹੜੀਆਂ ਸਮਾਣੇ ਦੇ ਵਿੱਚ ਇਹ ਸ਼ਰੇਆਮ ਗੁੰਡਾਗਰਦੀ ਕਰਦੇ ਨੇ PRTC ਵਾਲੇ, ਲਕਸ਼ਮਣ ਅੰਕਲ ਅਤੇ ਗੁਰਮੀਤ ਸਿੰਘ ਆਏ ਅਤੇ ਉੱਥੇ ਮੇਰੇ ਪਾਪਾ ਨੂੰ ਮੇਰੇ ਤਾਇਆ ਜੀ ਨੂੰ ਮੇਰੇ ਬ੍ਰਦਰ ਨੂੰ ਇੰਨੇ ਮਾਰ ਕੇ ਗਏ, ਉਹਨਾਂ ਦੇ ਕੱਪੜੇ ਸਰੀਖੇ ਪਾੜ ਕੇ ਗਏ ਜੀ। ਸਾਨੂੰ ਇਸ 'ਤੇ ਇਨਸਾਫ ਚਾਹੀਦਾ, ਇਸ ਕੰਡਕਟਰ ਨੂੰ ਸਸਪੈਂਡ ਕੀਤਾ ਜਾਵੇ, ਇਸ ਮੇਰੀ ਮੰਗ ਹੈ ਸਰ ਸਰਕਾਰ ਤੋਂ। ਸਰ ਅੰਕਲ ਅਜੈਬ ਸਿੰਘ ਉਹਨਾਂ ਨੇ ਇਹਨਾਂ ਨੂੰ ਦਾਖਲ ਕਰਾਇਆ ਜੀ, ਫਿਰ ਮੈਨੂੰ ਫੋਨ ਆਇਆ, ਫਿਰ ਅਸੀਂ ਆਏ ਜੀ ਇੱਥੇ।
ਤੁਹਾਡੀ ਸਰਕਾਰ ਤੋਂ ਕੀ ਮੰਗ ਹੈ? ਸਰ ਮੇਰੀ ਸਰਕਾਰ ਤੋਂ ਇੱਕੋ ਅਪੀਲ ਹੈ ਅਤੇ ਇੱਕੋ ਮੰਗ ਹੈ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਸੇ ਨਾਲ ਇੱਦਾਂ ਦਾ ਬਿਹੇਵ ਨਹੀਂ ਕਰ ਸਕਦਾ। ਸਰਕਾਰ ਨੇ ਕਿਰਾਇਆ ਫਰੀ ਕਰਿਆ, ਅਸੀਂ ਨਹੀਂ ਸਰਕਾਰ ਤੋਂ ਕਿਰਾਇਆ ਫਰੀ ਕਰਾਇਆ। ਜੇ ਗੱਲ ਹੈ ਸਰਕਾਰ ਨਾਲ ਕਿਰਾਏ ਫਰੀ ਦੀ, ਸਰਕਾਰ ਨਾਲ ਗੱਲ ਕਰੇ, ਇਹ ਸਾਨੂੰ ਨਹੀਂ ਕਹਿ ਸਕਦਾ ਵੀ ਤੁਸੀਂ ਇੱਥੇ ਚੜ੍ਹ ਨਹੀਂ ਸਕਦੇ ਬੱਸ ਦੇ ਵਿੱਚ। ਸਰਕਾਰੀ ਬੱਸ ਹੈ, ਸਰਕਾਰੀ ਬੱਸ ਦੇ ਵਿੱਚ ਹਰ ਬੰਦਾ ਇਕੁਅਲ ਹੈ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਕੀ ਕੰਮ ਕਰਦੇ ਸੀ? ਮੈਂ PRTC 'ਚ ਕਨੈਕਟਰ ਹਾਂ ਜੀ। ਅੱਛਾ, ਇਹ ਇਲਜ਼ਾਮ ਲੱਗ ਰਹੇ ਨੇ ਵੀ ਤੁਸੀਂ ਇੱਕ ਖਿਡਾਰ ਨੂੰ ਲੜਕੀ ਹੈ ਉਹਨੂੰ ਬੱਸ ਨਹੀਂ ਚੜ੍ਹ ਦਿੱਤਾ ਪਿਛਲੇ ਦਿਨ? ਨਹੀਂ ਜੀ, ਬਿਲਕੁਲ ਗਲਤ ਹੈ ਜੀ। ਪਿਛਲੇ ਮਹੀਨੇ 10 ਤਰੀਕ ਨੂੰ ਜੀ 10:30 ਸਮਾਣ ਤੋਂ ਗੱਡੀ ਚੱਲੀ ਜੀ, ਗੱਡੀ ਓਵਰਲੋਡ ਦੀ ਜੀ। ਗੱਡੀ ਦੇ ਵਿੱਚ ਤਕਰੀਬਨ 49 ਸਵਾਰੀਆਂ ਐਡਵਾਂਸ ਬੁੱਕਰ ਨੇ ਕੱਟੀਆਂ ਹੋਈਆਂ ਸੀ, ਜਦਕਿ 48 ਸੀਟਡ ਗੱਡੀ ਪਾਸ ਹੈ ਜੀ, ਅਤੇ 19-20 ਸਵਾਰੀਆਂ, ਜਦਕਿ 19 ਸਵਾਰੀਆਂ ਮੈਂ ਕੱਟੀਆਂ ਨੇ, ਬਾਕੀ ਸਟੂਡੈਂਟ ਦੀ ਜੀ, ਜਿਹਦੀ ਅਸੀਂ ਟਿਕਟ ਨਹੀਂ ਕੱਟਦੇ ਜੀ, ਪਾਸ ਹੋਲਡਰ ਸੀ। ਅਤੇ ਗੱਡੀ ਜਿੱਥੇ ਗੱਡੀ ਦਾ ਸਟੋਪੇਜ ਨਹੀਂ ਬਣਦਾ ਸੀ ਉੱਥੇ ਇਹਨਾਂ ਨੇ ਗੱਡੀ ਰੁਕਵਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਜੇ ਉੱਥੇ ਗੱਡੀ ਅਸੀਂ ਰੋਕਦੇ ਬਿਨ ਸਟੋਪੀ ਤਾਂ ਉੱਥੇ ਜਾਮ ਲੱਗਦਾ ਸੀ, ਜਿੱਥੋਂ ਬੱਸ ਸਟੈਂਡ ਤੋਂ ਬਾਹਰ ਗੱਡੀਆਂ ਨਿਕਲਦੀਆਂ ਨੇ, ਅੱਧੀ ਗੱਡੀ ਰੋਡ ਦੇ ਉੱਪਰ ਅਤੇ ਅੱਧੀ ਥੱਲੇ ਸੀ ਜੀ। ਇਹਨਾਂ ਨੇ ਜਾ ਕੇ ਟੀ ਪੁਆਇੰਟ ਦੇ ਉੱਪਰ ਮੇਰੇ ਨਾਲ ਜੀ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਜੀ। ਲੜਕੀ ਨੇ ਵੀ ਅਤੇ ਉਹਨਾਂ ਦੇ ਨਾਲ ਫਾਦਰ ਸੀ ਜਿਹੜੇ ਜੀ, ਉਹਨੇ ਵੀ ਜੀ ਫਾਦਰ ਸੀ ਜਾਂ ਉਹਨਾਂ ਦੇ ਕੀ? ਹਾਂਜੀ, ਤੁਹਾਡੀ ਹੁਣ ਕੀ ਮੰਗ ਰਹੀ? ਸਾਡੀ ਮੰਗ ਤਾਂ ਇਹ ਵੀ ਇਹਨਾਂ ਨੇ ਮੇਰੇ ਨਾਲ ਜੀ ਸ਼ਟਰ ਬੰਦ ਕਰਕੇ ਕੁੱਟਮਾਰ ਕੀਤੀ ਅਤੇ ਪ੍ਰਸ਼ਾਸਨ ਜੋ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਜੀ। ਇਹ ਜਿਹੜੀ ਅੱਜ ਗੱਲ ਘਟਨਾ ਵਾਪਰੀ ਆ ਬੱਸ ਸਟੈਂਡ ਦੇ ਕੰਡਕਟਰ ਵੱਲੋਂ ਕੁੱਟਮਾਰ ਦੀ, ਉਹਦੇ ਬਾਰੇ ਕੀ ਕਹੋਗੇ ਜੀ? ਉਹਦੇ ਬਾਰੇ ਇੱਦਾਂ ਹੈ ਜੀ ਕਿ 2 ਮਹੀਨੇ ਪਹਿਲਾਂ ਅਵਤਾਰ ਸਿੰਘ ਪ੍ਰਾਪਰਟੀ ਡੀਲਰ ਹੈ, ਉਹਨਾਂ ਦੀ ਬੇਟੀ ਜਿਹੜੀ ਹੈ ਉਹ ਪਟਿਆਲੇ ਪੜ੍ਹਦੀ ਹੈ ਅਤੇ ਪਟਿਆਲੇ ਜਾ ਰਹੀ ਸੀ, ਬੱਸ ਵਿੱਚ ਭੀੜ ਜ਼ਿਆਦਾ ਹੋਣ ਕਰਕੇ ਉਹ ਬੱਸ ਵਿੱਚ ਨਹੀਂ ਚੜ੍ਹ ਸਕੀ, ਅਤੇ ਜਿਸ ਕਰਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਟੀ ਪੁਆਇੰਟ 'ਤੇ ਅੱਗੇ ਆ ਜਾਓ ਅਤੇ ਅਸੀਂ ਟੀ ਪੁਆਇੰਟ 'ਤੇ ਵੀ ਜੇ ਤੁਹਾਨੂੰ ਜਗ੍ਹਾ ਮਿਲ ਗਈ ਚੜ੍ਹ ਜਾਇਓ। ਪਰ ਉਹ ਟੀ ਪੁਆਇੰਟ 'ਤੇ ਵੀ ਗਏ ਨੇ, ਟੀ ਪੁਆਇੰਟ 'ਤੇ ਵੀ ਨਹੀਂ ਚੜ੍ਹ ਸਕੇ, ਜਿਸ ਕਰਕੇ ਉਹਨਾਂ ਦੀ ਕੰਡਕਟਰ ਨਾਲ ਕਿੰਤੂ ਪ੍ਰੰਤੂ ਹੋ ਗਈ ਅਤੇ ਉਹਨਾਂ ਨੇ ਉਹਨਾਂ ਕੰਡਕਟਰ ਦੇ ਖਿਲਾਫ ਜਿਹੜੀ ਹੈ ਮੇਲ ਪਾ ਦਿੱਤੀ। ਜਿਹੜੀ ਮੇਲ ਦੇ ਸੰਬੰਧ ਵਿੱਚ ਇਹਨਾਂ ਦੇ ਸਾਰੇ PRTC ਦੇ ਅਫਸਰਾਂ ਕੋਲ ਘੁੰਮਦੇ ਘੁੰਮਾਉਂਦੇ, ਉਹ ਇੱਥੇ ਆਈ ਜਿਹੜੇ ਇੱਥੇ ਅੱਡਾ ਇੰਚਾਰਜ ਲਛਮਣ ਸਿੰਘ ਹੈ, ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਬੈਠ ਕੇ ਰਾਜ਼ੀਨਾਮਾ ਕਰਾ ਦਿਓ, ਜਿਹਦੇ ਸੰਬੰਧ ਵਿੱਚ ਲਛਮਣ ਸਿੰਘ ਅੱਡਾ ਇੰਚਾਰਜ ਅਤੇ ਬਾਕੀ ਜਿਹੜਾ ਮੁੰਡਾ ਜਿਹੜਾ ਗੁਰਮੀਤ ਸਿੰਘ ਹੈ ਉਹ ਅਤੇ ਉਹਨਾਂ ਦੇ ਨਾਲ ਇੱਕ ਬੰਦਾ ਹੋਰ ਸੀ, ਉਹ ਇਹਨਾਂ ਦੇ ਅਵਤਾਰ ਸਿੰਘ ਕਾਲਾ ਜਿਹੜਾ ਇਹਨਾਂ ਦੇ ਦੁਕਾਨ ਦੇ ਵਿੱਚ ਰਾਜ਼ੀਨਾਮੇ ਦੇ ਸੰਬੰਧ ਦੇ ਵਿੱਚ ਇਕੱਠੇ ਹੋਏ, ਜਿੱਥੇ ਇਹਨਾਂ ਦੀ ਕਿਸੇ ਨਾ ਕਿਸੇ ਗੱਲ ਤੋਂ ਤੂੰ ਮੈਂ ਹੋ ਗਈ ਹੋਣ ਤੋਂ ਬਾਅਦ ਇਹਨਾਂ ਦਾ ਜਿਹੜਾ ਸੀ ਹੱਥੋਂ ਪਾਈ ਹੋ ਗਿਆ। ਹੱਥੋਂ ਪਾਈ ਹੋਣ ਤੋਂ ਬਾਅਦ ਜਿਹੜੀਆਂ ਨੇ ਦੋਨੇ ਪਾਰਟੀਆਂ ਹਸਪਤਾਲ ਦਾਖਲ ਹੋ ਗਈਆਂ, ਸਿਵਲ ਹਸਪਤਾਲ ਸਮਾਣੇ, ਜਿਨ੍ਹਾਂ ਦੇ ਬਿਆਨ ਜਿਹੜੇ ਨੇ ਉਹ ਮੈਂ ਲਿਖ ਲਿਆਈ ਹਾਂ, ਪੜਤਾਲ ਜਾਰੀ ਹੈ, ਜੈਸਾ ਵੀ ਸੂਰਤ ਹੋਏਗੀ ਉਸ ਤਰ੍ਹਾਂ ਦਾ ਫੈਸਲਾ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਉਹਦੀ ਕਾਰਵਾਈ ਜਿਹੜੀ ਅਮਲ 'ਚ ਲਿਆਉਂਦੀ ਜਾਵੇਗੀ।